ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ। ਅੱਜ ਅਸੀਂ ਬਣਾਵਾਂਗੇ ਜੀ ਚਿੱਲੀ ਫਲੈਕਸ। ਇਹ ਅਸੀਂ ਤੁਹਾਨੂੰ ਸਿਖਾਵਾਂਗੇ ਵੀ ਕਿੱਦਾਂ ਅਸੀਂ ਕਿਸੇ ਵੀ ਇਲੈਕਟ੍ਰੋਨਿਕ ਮਿਕਸਰ ਗ੍ਰਾਈਂਡਰ ਦੀ ਮਦਦ ਤੋਂ ਬਿਨਾਂ ਕਿੱਦਾਂ ਘਰ ਦੇ ਵਿੱਚ ਆਸਾਨ ਤਰੀਕੇ ਦੇ ਨਾਲ ਜਿਹੜੇ ਆਪਾਂ ਚਿੱਲੀ ਫਲੈਕਸ ਆ ਉਹ ਬਣਾ ਸਕਦੇ ਹਾਂ ਜੀ। ਤੁਹਾਨੂੰ ਪਤਾ ਹੀ ਆ ਇਹ ਸਾਰੇ ਅੱਜ ਕੱਲ੍ਹ ਜੋ ਵੀ ਆਪਾਂ ਘਰ ਦੇ ਵਿੱਚ ਡਿਸ਼ਿਸ ਬਣਾਉਂਦੇ ਹਾਂ ਜਿੱਦਾਂ ਪਾਸਤਾ, ਮੈਕਰੋਨੀ ਜਾਂ ਸੈਂਡਵਿਚ ਵਗੈਰਾ ਕੁਛ ਵੀ ਬਣਾਉਂਦੇ ਹਾਂ ਜੀ, ਸਾਰੀਆਂ ਚੀਜ਼ਾਂ ਦੇ ਵਿੱਚ ਚਿੱਲੀ ਫਲੈਕਸ ਆਪਾਂ ਯੂਜ਼ ਕਰਦੇ ਹਾਂ। ਅਤੇ ਮਾਰਕੀਟ ਦੇ ਵਿੱਚ ਇਹ ਬਹੁਤ ਜ਼ਿਆਦਾ ਕੋਸਟਲੀ ਸਾਨੂੰ ਮਿਲਦਾ ਹੈਗਾ ਜੀ, ਅਤੇ ਅਸੀਂ ਇਹ ਬਹੁਤ ਆਸਾਨ ਤਰੀਕੇ ਦੇ ਨਾਲ ਘਰ ਦੇ ਵਿੱਚ ਬਣਾ ਸਕਦੇ ਹਾਂ। ਅੱਜ ਆਪਾਂ ਤੁਹਾਨੂੰ ਸਿਖਾਉਂਦੇ ਹਾਂ ਜੀ ਇਹ ਚਿੱਲੀ ਫਲੈਕਸ ਬਣਾਉਣ ਦੇ ਲਈ ਜਿਹੜੀਆਂ ਆਪਾਂ ਲਾਲ ਮਿਰਚਾਂ ਲਈਆਂ ਨੇ ਜੀ। ਇਹ ਜਿਹੜੀਆਂ ਲਾਲ ਮਿਰਚਾਂ ਨੇ ਆਪਣੀਆਂ ਤੁਸੀਂ ਧੁੱਪ ਦੇ ਵਿੱਚ 1 ਤੋਂ 2 ਘੰਟਿਆਂ ਦੇ ਲਈ ਸੁਕਾ ਲੈਣੀਆਂ ਨੇ, ਅਤੇ ਸੁਕਾਉਣ ਤੋਂ ਬਾਅਦ ਤੁਸੀਂ ਇਹਨਾਂ ਦੀਆਂ ਸਾਰੀਆਂ ਡੰਡੀਆਂ ਨੇ ਜਿਹੜੀਆਂ ਇੱਦਾਂ ਜੀ ਇਸ ਤਰ੍ਹਾਂ ਕਰਕੇ ਤੁਸੀਂ ਇਹਨਾਂ ਦੀਆਂ ਡੰਡੀਆਂ ਨੇ ਜਿਹੜੀਆਂ ਰਿਮੂਵ ਕਰ ਦੇਣੀਆਂ ਨੇ ਜੀ। ਅਸੀਂ ਤੁਹਾਨੂੰ ਸਾਰੀਆਂ ਡੰਡੀਆਂ ਰਿਮੂਵ ਕਰਕੇ ਦਿਖਾਉਂਦੇ ਹਾਂ। ਮਿਰਚਾਂ ਦੀ ਜਿਹੜੀਆਂ ਆਪਾਂ ਸਾਰੀਆਂ ਡੰਡੀਆਂ ਨਾਲੋਂ ਅਲੱਗ ਕਰਕੇ ਇੱਕ ਪਲੇਟ ਦੇ ਵਿੱਚ ਰੱਖ ਲਈਆਂ ਨੇ ਡੰਡੀਆਂ, ਇਸ ਤਰ੍ਹਾਂ ਆਪਾਂ ਸਾਰੀਆਂ ਅਲੱਗ ਕਰਕੇ ਰੱਖਤੀਆਂ ਜੀ। ਹੁਣ ਆਪਾਂ ਡੰਡੀਆਂ ਅਲੱਗ ਕਰਨ ਤੋਂ ਬਾਅਦ ਇਹਨਾਂ ਦੇ ਜਿਹੜੇ ਬੀਜ ਆ ਉਹ ਸਾਰੇ ਰਿਮੂਵ ਕਰਾਂਗੇ ਜੀ। ਤੁਸੀਂ ਇਸ ਤਰ੍ਹਾਂ ਆਪਣੀ ਜਿਹੜੀ ਸਾਬਤ ਮਿਰਚ ਆ ਉਹ ਲੈਣੀ ਹੈਗੀ, ਫਿਰ ਤੁਸੀਂ ਇੱਦਾਂ ਇਹਦੇ 2 ਕਰ ਲੈਣੇ ਆ ਜੀ ਇੱਦਾਂ ਟੁਕੜੇ। ਜੇ ਕਿਸੇ ਦੇ ਵਿੱਚ ਬੀ ਹੈਗੇ ਨੇ ਉਹ ਇੱਦਾਂ ਆਪੇ ਨਿਕਲ ਜਾਣਗੇ, ਜਿਵੇਂ ਇਸ ਦੇ ਵਿੱਚ ਨਹੀਂ ਹੈਗੇ ਤਾਂ ਆਪਾਂ ਇਹਨੂੰ ਇੱਦਾਂ ਅਲੱਗ। ਇਸ ਤਰ੍ਹਾਂ ਜਿਹੜੇ ਤੁਸੀਂ ਬੀਜ ਨੇਗੇ ਉਹ ਜਿੰਨੇ ਕੁ ਆਸਾਨੀ ਦੇ ਨਾਲ ਰਿਮੂਵ ਹੁੰਦੇ ਨੇ ਤੁਸੀਂ ਉਨੇ ਕਰ ਦੇਣੇ ਆ ਜੀ। ਜੇ ਵਿੱਚ ਕੋਈ 1-2 ਬੀਜ ਰਹਿੰਦੇ ਨੇ ਕੋਈ ਪ੍ਰੋਬਲਮ ਨਹੀਂ, ਕਿਉਂਕਿ ਜੋ ਅਸੀਂ ਮਾਰਕੀਟ ਤੋਂ ਲੈ ਕੇ ਆਉਂਦੇ ਹਾਂ ਉਹਦੇ ਵਿੱਚ ਵੀ ਬੀਜ ਹੁੰਦੇ ਹੈਗੇ। ਇਸ ਤਰ੍ਹਾਂ ਆਪਾਂ ਸਾਰੀਆਂ ਮਿਰਚਾਂ ਦੇ ਜਿਹੜੇ ਬੀਜ ਹੈ ਉਹ ਅਲੱਗ ਕਰ ਲੈਣੇ ਆ ਜੀ, ਫਿਰ ਆਪਾਂ ਤੁਹਾਨੂੰ ਅੱਗੇ ਦਿਖਾਉਂਦੇ ਹਾਂ। ਹਾਂਜੀ, ਜਿਹੜੇ ਆਪਾਂ ਮਿਰਚਾਂ ਦੇ ਬੀਜ ਹੈਗੇ ਉਹ ਸਾਰੇ ਇੱਦਾਂ ਅਲੱਗ ਕਰਕੇ ਮਤਲਬ ਰੱਖ ਲਏ ਆ ਜੀ। ਮਿਰਚਾਂ ਆਪਾਂ ਸਾਰੀਆਂ ਰੱਖ ਲਈਆਂ, ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਕਿੱਦਾਂ ਆਪਾਂ ਇਹਨਾਂ ਦੇ ਚਿੱਲੀ ਫਲੈਕਸ ਜਿਹੜੇ ਬਣਾਵਾਂਗੇ ਜੀ। ਹਾਂਜੀ, ਚਿੱਲੀ ਫਲੈਕਸ ਬਣਾਉਣ ਦੇ ਲਈ ਆਪਾਂ ਲੈਣਾ ਹੈਗਾ ਚਿੱਲੀ ਕਟਰ। ਇਹ ਆਪਣੇ ਸਾਰੇ ਮਤਲਬ ਸਾਰਿਆਂ ਦੇ ਘਰ ਦੇ ਵਿੱਚ ਆਸਾਨੀ ਦੇ ਨਾਲ ਮਿਲ ਜਾਂਦਾ ਜੀ, ਅਤੇ ਚਿੱਲੀ ਫਲੈਕਸ ਆਪਾਂ ਇਹਦੇ ਵਿੱਚ ਬਣਾਵਾਂਗੇ। ਇੱਦਾਂ ਤੁਸੀਂ ਲੈਣੀਆਂ ਨੇ ਮਿਰਚਾਂ ਅਤੇ ਤੁਸੀਂ ਇਹਦੇ ਵਿੱਚ ਇੱਦਾਂ ਪਾਉਣੀਆਂ ਨੇ ਜੀ ਥੋੜ੍ਹੀਆਂ ਥੋੜ੍ਹੀਆਂ ਕਰਕੇ, ਅਤੇ ਤੁਸੀਂ ਫਿਰ ਇਹਨਾਂ ਨੂੰ ਨਾ ਇੱਦਾਂ ਚਿੱਲੀ ਫਲੈਕਸ ਨਹੀਂ ਜਿਹੜੇ ਆਪਣੇ ਜੀ ਬਣ ਕੇ ਬਿਲਕੁਲ ਤਿਆਰ ਨੇਗੇ, ਤੁਸੀਂ ਦੇਖ ਸਕਦੇ ਹੋਗੇ ਬਿਲਕੁਲ ਜਿਹੜੇ ਚਿੱਲੀ ਫਲੈਕਸ ਨੇ ਆਪਣੇ ਮਾਰਕੀਟ ਵਰਗੇ ਬਣ ਕੇ ਤਿਆਰ ਹੋਏ ਨੇ ਜੀ। ਅਤੇ ਇੱਕ ਇਹਦਾ ਫਾਇਦਾ ਇਹ ਵੀ ਆ, ਅਗਰ ਆਪਾਂ ਮਿਕਸਰ ਕਿਸੇ ਵੀ ਗ੍ਰਾਈਂਡਰ ਦੇ ਵਿੱਚ ਇਹਨੂੰ ਬਣਾਉਂਦੇ ਹਾਂ ਤਾਂ ਇਹ ਜਿਹੜੇ ਜ਼ਿਆਦਾ ਮਤਲਬ ਇੱਦਾਂ ਇਹਨਾਂ ਦਾ ਬਿਲਕੁਲ ਪੇਸਟ ਬਣ ਜਾਂਦਾ ਜੀ। ਹਾਂਜੀ, ਇਹ ਚਿੱਲੀ ਫਲੈਕਸ ਆ ਜਿਹੜਾ ਤੁਸੀਂ ਇਹਨੂੰ 6 ਮਹੀਨਿਆਂ ਦੇ ਲਈ ਕਿਸੇ ਵੀ ਮਤਲਬ ਆਪਣੇ ਕੰਟੇਨਰ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ, ਤੁਸੀਂ ਇਹਨੂੰ ਫਰਿੱਜ ਦੇ ਵਿੱਚ ਵੀ ਸਟੋਰ ਕਰਕੇ ਰੱਖ ਸਕਦੇ ਹੋ ਜੀ। ਅਤੇ ਆਪਣੀਆਂ ਸਾਰੀਆਂ ਡਿਸ਼ਿਜ਼ ਦੇ ਉੱਪਰ ਸਪਰਿੰਕਲ ਆਪਾਂ ਕਰਦੇ ਹਾਂ, ਜਿੱਦਾਂ ਪੀਜ਼ਾ ਹੋ ਗਿਆ, ਪਾਸਤਾ ਹੋ ਗਿਆ, ਹੋਰ ਕੋਈ ਵੀ ਅਸੀਂ ਇਟਾਲੀਅਨ ਡਿਸ਼ ਬਣਾਉਂਦੇ ਹਾਂ ਸਾਰਿਆਂ ਦੇ ਵਿੱਚ ਇਹ ਯੂਜ਼ ਹੁੰਦਾ ਜੀ। ਅਤੇ ਇੱਕ ਹੋਰ ਬਹੁਤ ਜ਼ਰੂਰੀ ਗੱਲ ਮੈਂ ਮੇਰੀਆਂ ਭੈਣਾਂ ਨੂੰ ਦੱਸਣਾ ਚਾਹੁੰਦੀ ਹਾਂ ਜੀ, ਅਤੇ ਕਈ ਮੇਰੀਆਂ ਭੈਣਾਂ ਨੂੰ ਜਿਹੜੀ ਲਾਲ ਮਿਰਚ ਤੋਂ ਐਲਰਜੀ ਹੁੰਦੀ ਆ ਜੀ, ਤਾਂ ਤੁਸੀਂ ਹੱਥਾਂ 'ਤੇ ਕੋਈ ਵੀ ਗਲਵਸ ਵਗੈਰਾ ਪਾ ਕੇ ਜਾਂ ਪੋਲੀਥੀਨ ਵਗੈਰਾ ਚੜ੍ਹਾ ਕੇ ਫਿਰ ਮਿਰਚਾਂ ਦਾ ਤੁਸੀਂ ਕੰਮ ਕਰਨਾ ਕੋਈ ਵੀ। ਅਤੇ ਜੇ ਕਿਸੇ ਨੂੰ ਛਿੱਕਾਂ ਵਗੈਰਾ ਦੀ ਪ੍ਰੋਬਲਮ ਹੋ ਜਾਂਦੀ ਆ ਤਾਂ ਤੁਸੀਂ ਮਾਸਕ ਵੇਅਰ ਕਰਕੇ ਫਿਰ ਹੀ ਇਹ ਕੰਮ ਕਰਨਾ ਜੀ। ਅਗਰ ਵੀਡੀਓ ਵਧੀਆ ਲੱਗੀ ਜੀ ਤਾਂ ਵੀਡੀਓ ਨੂੰ ਤੁਸੀਂ ਲਾਈਕ ਕਰਿਓ, ਕਮੈਂਟ ਕਰਨਾ ਨਾ ਭੁੱਲਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਥੈਂਕ